ਹੈਲੋ ਫਰੈਂਡਸ ਵੈਲਕਮ ਟੂ ਆਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਅਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਆਪਣਾ ਜਿਹੜਾ ਚੈਪਟਰ ਹੈ ਹਸਨਜ਼ ਅਟੈਂਡੈਂਸ ਪ੍ਰੋਬਲਮ ਇਸ ਦੀ ਸਮਰੀ ਜਿਹੜੀ ਪੰਜਾਬੀ ਦੇ ਵਿੱਚ ਆਪਾਂ ਕਰ ਚੁੱਕੇ ਹਾਂ ਤੁਸੀਂ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਹੁਣ ਇਸ ਦੇ ਆਪਾਂ ਲੌਂਗ ਕੁਐਸਚਨ ਨੇ ਜਿਹੜੇ ਉਹ ਕਰ ਰਹੇ ਹਾਂ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਥੀਮ ਹੈ ਜਿਹੜੀ ਇਸ ਚੈਪਟਰ ਦੀ ਕਰ ਚੁੱਕੇ ਹਾਂ ਔਰ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਕੈਰੈਕਟਰ ਸਕੈਚ ਆਫ ਹਸਨ ਹਸਨ ਦਾ ਕੈਰੈਕਟਰ ਸਕੈਚ ਹੈ ਜਿਹੜਾ ਉਹ ਆਪਾਂ ਪੜ੍ਹਦੇ ਹਾਂ ਦੇ The chapter Hasan's attendance problem is written by Sudha Murthy. ਜਿਹੜਾ ਇਹ ਆਪਣਾ ਚੈਪਟਰ ਹੈ Hasan's attendance problem Sudha Murthy ਦੁਆਰਾ ਲਿਖਿਆ ਗਿਆ ਹੈ। This chapter teaches us. ਇਹ ਚੈਪਟਰ ਸਾਨੂੰ ਕੀ ਸਿਖਾਉਂਦਾ ਹੈ the importance of discipline in life. ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਦੀ ਕੀ ਮਹੱਤਤਾ ਹੈ ਇਹ ਚੀਜ਼ ਆਪਾਂ ਨੂੰ ਜਿਹੜੀ ਇਸ ਚੈਪਟਰ ਦੇ ਵਿੱਚ ਸਿੱਖਣ ਨੂੰ ਮਿਲਦੀ ਹੈ। Hasan is the central character of the story. ਇਸ ਸਟੋਰੀ ਦਾ ਜਿਹੜਾ Hasan ਹੈ ਉਹ ਮੇਨ ਕੈਰੇਕਟਰ ਹੈ। He was a tall ਉਹ ਲੰਬਾ ਹੈਂਡਸਮ ਐਂਡ ਰਿਚ ਬாய் ਹੈਂਡਸਮ ਹੈ ਅਤੇ ਰਿਚ ਬாய் ਮਤਲਬ ਕਿ ਅਮੀਰ ਖਾਨਦਾਨ ਦੇ ਵਿੱਚੋਂ ਬਿਲੋਂਗ ਕਰਦਾ ਹੈ ਹੀ ਹੈਡ ਅ ਵੈਰੀ ਗੁੱਡ ਮੈਮਰੀ ਉਸਦੀ ਮੈਮਰੀ ਹੈ ਜਿਹੜੀ ਉਹ ਬਹੁਤ ਵਧੀਆ ਸੀ ਮਤਲਬ ਕਿ ਉਸ ਨੂੰ ਚੀਜ਼ਾਂ ਨੇ ਜਿਹੜੀਆਂ ਬਹੁਤ ਦੇਰ ਤੱਕ ਯਾਦ ਰਹਿੰਦੀਆਂ ਸੀ ਮੈਮਰੀ ਬਹੁਤ ਉਸਦੀ ਵਧੀਆ ਸੀਗੀ ਹੀ ਕੇਮ ਫਰੋਮ ਅ ਰਿਚ ਫੈਮਿਲੀ ਅਮੀਰ ਫੈਮਿਲੀ ਦੇ ਵਿੱਚੋਂ ਉਹ ਬਿਲੋਂਗ ਕਰਦਾ ਹੈ ਵੇਅਰ ਹੀ ਵਾਸ ਦਾ ਓਨਲੀ ਸਨ ਹੀ ਵਾਸ ਦਾ ਓਨਲੀ ਸਨ ਮਤਲਬ ਕਿ ਆਪਣੇ ਮਾਪਿਆਂ ਦਾ ਇਕਲੋ ਇਕਲੋਤਾ ਪੁੱਤਰ ਸੀਗਾ ਉਹ He was a student of Master of Computer Application. MCA ਦਾ ਸਟੂਡੈਂਟ ਸੀਗਾ ਐਟ ਅ ਕਾਲਜ ਇਨ ਬੰਗਲੌਰ ਬੰਗਲੌਰ ਦੇ ਵਿੱਚ ਕਾਲਜ ਦੇ ਵਿੱਚ ਪੜ੍ਹਦਾ ਸੀ ਹੀ ਹੈਡ ਮੈਨੀ ਬੈਡ ਹੈਬਿਟਸ ਉਸ ਦੀਆਂ ਆਦਤਾਂ ਨੇ ਜਿਹੜੀਆਂ ਬਹੁਤ ਬੁਰੀਆਂ ਆਦਤਾਂ ਨੇ ਜਿਹੜੀਆਂ ਉਸ ਦੇ ਵਿੱਚ ਥੋੜੀਆਂ ਹੈਗੀਆਂ ਸੀਗੀਆਂ ਕਿਹੜੀਆਂ ਲਾਈਕ ਬੰਕਿੰਗ ਫਰੋਮ ਕਲਾਸ ਕਲਾਸ ਦੇ ਵਿੱਚੋਂ ਬੰਕ ਮਾਰਨਾ ਟੂ ਸਲੀਪ ਐਂਡ ਵੇਕ ਲੇਟ ਲੇਟ ਸੌਣਾ ਤੇ ਲੇਟ ਉੱਠਣਾ ਹੀ ਕੇਮ ਟੂ ਕਾਲਜ ਇਰੈਗੂਲਰਲੀ ਉਹ ਕਾਲਜ ਦੇ ਵਿੱਚ ਇਰੈਗੂਲਰ ਮਤਲਬ ਲਗਾਤਾਰ ਨਹੀਂ ਆਉਂਦਾ ਸੀਗਾ ਛੁੱਟੀਆਂ ਬਹੁਤ ਮਾਰਦਾ ਸੀਗਾ ਐਂਡ ਆਲਵੇਜ਼ ਰੈਨ ਸ਼ਾਰਟ ਆਫ ਅਟੈਂਡੈਂਸ ਅਤੇ ਹਮੇਸ਼ਾ ਹੀ ਜਿਹੜੀ ਉਸ ਦੀ ਅਟੈਂਡੈਂਸ ਹੈ ਉਹ ਸ਼ਾਰਟ ਰਹਿੰਦੀ ਸੀਗੀ ਹੀ ਵਾਸ ਸੀਨ ਓਨਲੀ ਉਹ ਸਿਰਫ ਉਦੋਂ ਹੀ ਦਿਖਾਈ ਦਿੰਦਾ ਸੀਗਾ ਇਫ देयर ਵਾਸ ਅ ਕਲਾਸ ਟੈਸਟ ਔਰ ਡਿਊਰਿੰਗ ਐਗਜ਼ਾਮੀਨੇਸ਼ਨਸ ਜਾਂ ਤਾਂ ਉਹ ਜਦੋਂ ਕਲਾਸ ਦਾ ਕੋਈ ਟੈਸਟ ਹੁੰਦਾ ਉਦੋਂ ਆਉਂਦਾ ਕਾਲਜ ਜਾਂ ਫਿਰ ਜਦੋਂ ਪੇਪਰ ਹੁੰਦੇ ਐਗਜ਼ਾਮਸ ਹੁੰਦੇ ਉਦੋਂ ਆਉਂਦਾ he was brilliant student student oh bahut brilliant si ga matlab ke padan de vich hoshiyar vi si te us di memory vi bahut zyada si ga but he was not regular par oh regular nahi hega si ga he would prepare only important questions oh sirf important important question ne jehde oh prepare karda si and passed the examination ate examination hai jehda oh pass kar lenda si in first position first aunda si hamesha class de vich his teachers and his parents osde teachers and osde parents were fed up of him os ton tang aa chukke si ye kyunki oh regular nahi hunda si ga he would spend all night listening to music sari raat oh music sunnde vich bitar danda si ga aur chatting with friends aur friends de naal chat kari janda these habits continued even after he got the job jadon usnu job vi mili ਕਾਲਜ ਤੋਂ ਬਾਅਦ ਉਦੋਂ ਵੀ ਉਸ ਦੀਆਂ ਇਹ ਜਿਹੜੀਆਂ ਆਦਤਾਂ ਨੇ ਲੇਟ ਹੋਣਾ ਕੰਮ ਤੋਂ ਹੈਨਾ ਕੰਮ ਦੇ ਵਿੱਚ ਰੈਗੂਲਰ ਨਾ ਹੋਣਾ ਇਹ ਆਦਤਾਂ ਚਲਦੀਆਂ ਰਹੀਆਂ ਹੀ ਵਾਸ ਆਲਵੇਸ ਲੇਟ ਹਮੇਸ਼ਾ ਉਹ ਲੇਟ ਹੁੰਦਾ ਸੀਗਾ ਹਮੇਸ਼ਾ ਸੋ ਹੀ ਲੋਸਟ ਜੌਬ ਆਫਟਰ ਜੌਬ ਤਾਂ ਇਸ ਤਰ੍ਹਾਂ ਉਸ ਦੀ ਇੱਕ ਨੌਕਰੀ ਤੋਂ ਬਾਅਦ ਦੂਸਰੀ ਨੌਕਰੀ ਜਿਹੜੀ ਉਹ ਜਾਂਦੀ ਰਹੀ ਐਂਡ ਹਿਸ ਲਾਈਫ ਬੀਕਮ ਫੇਲਰ ਤੇ ਉਸ ਦੀ ਜ਼ਿੰਦਗੀ ਜਿਹੜੀ ਉਹ ਫੇਲ ਫੇਲਰ ਦੇ ਵੱਲ ਚੱਲ ਪਈ ਸੀ ਹਿਸ ਕਲਾਸ ਫੈਲੋ ਹੂਮ ਹੀ ਕਾਲਡ ਨਰਸ ਉਸ ਦੇ ਕਲਾਸ ਫੈਲੋ ਜਿਨ੍ਹਾਂ ਨੂੰ ਕੀ ਉਹ ਬੇਵਕੂਫ ਕਹਿ ਕੇ ਬੁਲਾਉਂਦਾ ਸੀ ਨਰਸ ਹੁੰਦਾ ਬੇਵਕੂਫ ਬਿਕੇਮ ਰਿਚ ਐਂਡ ਫੇਮਸ ਉਹ ਸਾਰੇ ਰਿਚ ਅਤੇ ਫੇਮਸ ਹੋ ਗਏ ਸੀਗੇ ਬਟ ਹੀ ਹਿਮਸੈਲਫ ਬਿਕੇਮ ਐਨ ਆਰਡੀਨਰੀ ਸੌਫਟਵੇਅਰ ਸੇਲਰ ਪਰ ਆਪ ਸਿਰਫ ਉਹ ਇੱਕ ਸਧਾਰਨ ਜਿਹਾ ਸੌਫਟਵੇਅਰ ਸੇਲਰ ਹੈ ਜਿਹੜਾ ਉਹ ਬਣ ਕੇ ਰਹਿ ਗਿਆ ਸੀਗਾ ਸੋ ਏਸੀ ਹਸਨ ਦਾ ਕਰੈਕਟਰ ਸਕੈਚ ਸੋ ਜ਼ਿੰਦਗੀ ਦੇ ਵਿੱਚ ਸਾਨੂੰ ਹਮੇਸ਼ਾ ਡਿਸਪਲਿਨ ਅਨੁਸ਼ਾਸਨ ਦੇ ਵਿੱਚ ਰਹਿਣਾ ਚਾਹੀਦਾ ਸਾਨੂੰ ਜੋ ਵੀ ਅਸੀਂ ਕੰਮ ਕਰਦੇ ਹਾਂ ਦਿਲ ਦਿਲ ਤੋਂ ਕਰਨਾ ਚਾਹੀਦਾ ਰੈਗੂਲਰ ਹੋਣਾ ਚਾਹੀਦਾ ਸਾਡੇ ਕੰਮ ਦੇ ਵਿੱਚ ਸੋ ਜੇਕਰ ਵੀਡੀਓ ਚੰਗੀ ਲੱਗੀ ਹੈ ਆਸਾਨ ਲੱਗਿਆ ਕਰੈਕਟਰ ਸਕੈਚ ਆਫ ਹਸਨ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਸੋ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ